ਅਸਲਾਮ ਅਲੈਕਮ ਤੇ ਕੀ ਹਾਲ ਚਾਲ ਠੀਕ ਹੋ ਨਾ ਚਲੀਏ ਸ਼ੁਰੂ ਕਰਦੇ ਹੈ ਯਾਰ ਅੱਜ ਬੜੇ ਦਿਨਾਂ ਬਾਅਦ ਚ ਧੁੱਪ ਨਿਕਲੀ ਆ ਬਈ ਬਹੁਤ ਚੰਗੀ ਗੱਲ ਆ ਸਾਨੂੰ ਯੂਨੀਵਰਸਿਟੀ ਵਾਲਿਆਂ ਨੇ ਪਹਿਲੇ ਛੁੱਟੀਆਂ ਨਹੀਂ ਕੀਤੀਆਂ ਸੀ ਬਈ ਸਾਡੀਆਂ ਤਾਂ ਮੌਜਾਂ ਵਾ ਧੁੱਪ ਨਿਕਲੇ ਹੁਣ ਸਕੂਨ ਨਾਲ ਜਾਇਆ ਕਰਾਂਗੇ ਬਈ ਯਾਰ ਵਾਵਾ ਦੇਰ ਦਾ ਸੀ ਨਾ ਲੈਂਕ ਚ ਗੋਲੀ ਪਾ ਰਹੇ ਪੈਨ ਨਹੀਂ ਦੇਈ ਮੈਂ ਕਹਿੰਦਾ ਬਈ ਯੂਟਿਊਬ ਤੋਂ ਵੇਖੀਏ ਨਹੀਂ ਆਪਾਂ ਕੋਈ ਆਪਣਾ ਵੀ ਲਾ ਲਈਏ ਨਾ ਸਭ ਵੇਖੀਏ ਇਹ ਕੱਟ ਕਿਹੜੀ ਚੀਜ਼ ਦਾ ਬਣਾਇਆ ਉਹਨਾਂ ਨੇ ਇਹ ਉਹ ਪੈ ਗਿਆ ਚਲੋ ਤੁਸੀਂ ਸੋਚਦੇ ਹੋਣੇ ਅਸੀਂ ਇੱਥੇ ਕਿਉਂ ਆਏ ਆ ਖਾਲੀ ਮੈਦਾਨ 'ਚ ਦਰਅਸਲ ਇੱਥੇ ਨਾ ਅਮਰੂਦ ਲੈ ਕੇ ਆਏ ਹਾਂ ਅਤੇ ਇੱਕ ਤੁਹਾਡੇ ਲਈ ਸਰਪ੍ਰਾਈਜ਼ ਆ ਅਤੇ ਇੱਕ ਤੁਹਾਡੇ ਲਈ ਸਰਪ੍ਰਾਈਜ਼ ਆ ਅਤੇ ਅੱਜ ਇੱਥੇ ਇੱਕ ਐਕਸਟ੍ਰੀਮ ਕਿਸਮ ਦਾ ਕੰਟੈਂਟ ਬਣੇਗਾ ਹਾਂਜੀ ਅਤੇ ਇਸ ਟਰੈਕਟਰ ਦੇ ਨਾਲ ਇੱਕ ਆਪਾਂ ਸਟੰਟ ਵੀਡੀਓ ਬਣਾਈ ਆ ਜਿਹੜੀ ਤੁਹਾਡੇ ਲਈ ਸਰਪ੍ਰਾਈਜ਼ ਆ ਦੂਸਰੇ ਚੈਨਲ ਇੱਕ ਚੈਨਲ ਬਣਾਉਂਗੇ ਅਸੀਂ ਅਤੇ ਉਹਦੇ 'ਤੇ ਆਊਗੀ ਜਦੋਂ ਚੈਨਲ ਬਣਾਵਾਂਗੇ ਅਤੇ ਹਜੇ ਵੀਡੀਓਜ਼ ਕਲੈਕਟ ਕਰ ਰਹੇ ਹਾਂ ਉਸ ਚੈਨਲ ਲਈ ਅਤੇ ਜਦੋਂ ਚੈਨਲ ਬਣਾਵਾਂਗੇ ਫਿਰ ਤੁਹਾਨੂੰ ਮੈਂ ਉਹਦਾ ਲਿੰਕ ਦੇਵਾਂਗਾ ਸਾਰੇ ਬਾਈ ਜਾ ਕੇ ਸਬਸਕ੍ਰਾਈਬ ਕਰੀਓ ਅਤੇ ਹਾਂਜੀ ਤਾਂ ਹੁਣ ਆ ਚੁੱਕੇ ਆਪਾਂ ਘਰ ਅਤੇ ਸੁਬੋ ਛੋੜ ਦਿਓ ਇਸੇ ਇਹ ਟੁੱਟ ਜਾਣਾ ਪੂਰਾ ਹੀ ਖੋਲ ਹੀ ਬੈਠਾ ਤੋ ਅਭੀ ਇੱਕ ਸੀਨ ਹੋ ਗਿਆ ਫਲੋ ਮੈਂ ਮੋਬਾਈਲ ਘੁਮਾਇਆ ਗਿਆ ਮੋਬਾਈਲ ਕੋ ਕੁਛ ਹੋਆ ਤਾਂ ਨਹੀਂ ਸੁਬੋ ਨਹੀਂ ਪਿੱਛੇ ਓ ਮਾਈ ਗੁੱਡਨੈਸ ਸੁਬੋ ਸਕਰੀਨ ਟੁੱਟ ਗਈ ਅੱਲਾ ਕਰੇ ਇਹ ਗਲਾਸ ਹੀ ਹੋ ਬਈ ਬਈ ਪ੍ਰੋਗਰਾਮ ਬਈ ਇਤਨਾ ਗੰਦਾ ਗਿਰਾ ਨਾ ਸਿੱਧਾ ਸਕਰੀਨ ਕੇ ਬੱਲੀ ਗਿਰਾ ਵੀ ਦੇਖਤੇ ਹੈਂ ਯਾਰ ਇਹ ਇੱਧਰ ਆਈ ਤੋ ਹੈ ਇਹ ਮੋਬਾਈਲ ਕਾ ਗਲਾਸ ਕਿਆ ਹੋ ਚੁੱਕਾ ਹੈ ਬੱਚਤ ਹੋ ਗਈ ਹੈ ਸ਼ੁਕਰ ਹੈ ਹਾਂਜੀ ਤੋ ਯਾਰ ਸੁਬੋ ਕਾ ਇੱਕ ਯੂਟਿਊਬ ਚੈਨਲ ਹੈ ਜਿਸਕਾ ਲਿੰਕ ਮੈਂ ਡਿਸਕ੍ਰਿਪਸ਼ਨ ਮੇ ਦੇ ਦੂੰਗਾ ਤੋ ਲਾਜ਼ਮੀ ਸੇ ਜਾ ਕੇ ਸਾਰੇ ਸਬਸਕ੍ਰਾਈਬ ਕਰ ਦੇਣਾ ਔਰ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਹੈਸ਼ਟੈਗ ਜ਼ੈਨ ਚੌਧਰੀ ਆਰਮੀ ਲਿਖ ਦੇਣਾ ਸਹੀ ਹੈ ਪੀਸੀ ਵੀ ਚੱਕਣਾ ਮੈਂ ਡਰਾਈਵਿੰਗ ਸਿੱਖਦੇ ਹੋਏ ਇਹਦਾ ਬੰਪਰ ਨਹੀਂ ਅਗਲਾ ਇਹ ਲੱਗ ਗਿਆ ਸੀ ਥੋੜ੍ਹਾ ਜਿਹਾ ਅੱਜ ਉਹਦਾ ਕੰਮ ਕਰਾਉਣਾ ਹੈ ਵੇਖੋ ਜਿਹਨੇ ਜਿਹਨੇ ਉਹ ਵਲੋਗ ਨਹੀਂ ਵੇਖਿਆ ਫਟਾਫਟ ਜਾ ਕੇ ਦੇਖੋ ਕਿਸੇ ਨੇ ਨੋਟ ਕੀਤਾ
ਉਸ ਟਰੱਕ ਦੀ ਵਿੰਡ ਸਕਰੀਨ ਨਹੀਂ ਸੀ, ਵਿੰਡ ਸਕਰੀਨ ਫਰੰਟ ਸਕਰੀਨ, ਤੇ ਉਹਨੇ ਛਾਪਰ ਲਾਇਆ ਹੋਇਆ ਸੀ। ਅੱਗੇ ਗੱਡੀ ਦਾ ਕੰਮ ਕਰਾ ਕੇ ਅਸੀਂ ਆ ਗਏ ਸੀ, ਤੇ ਉੱਥੇ ਹਮਜ਼ਾ ਵੀ ਆ ਗਿਆ ਸੀ, ਤੇ ਹਮਜ਼ਾ ਨੂੰ ਉਹਨੂੰ ਪਤਾ ਵਾ ਗੱਡੀਆਂ ਦਾ ਕੰਮ ਕੁੰਮ ਕਰਾਉਣ ਦਾ, ਤੇ ਇੱਥੋਂ ਉਹਨੇ ਬੇਲੀ ਦਾ ਘਰ ਆ, ਉੱਥੇ ਮੇਰਾ PC ਪਿਆ ਵਾ, ਮੈਂ ਕਿਹਾ ਉਹ ਚੁੱਕ ਲਿਜਾਈਏ, ਉਹਨੂੰ ਸਹੀ ਹੋਣ ਲਈ ਦਿੱਤਾ ਹੋਇਆ ਸੀ। ਤੇ ਉਹਨੇ ਇੱਥੋਂ ਸਟੇਸ਼ਨ ਤੋਂ ਕੱਲ੍ਹ ਕਰਾ ਕੇ ਉਹਨੇ ਸ਼ਹਿਰ ਚਲਾ ਗਿਆ, ਤੇ ਕੱਲ੍ਹ ਰਾਤ ਤੱਕ ਨਾ ਉਹਨੇ ਕਰਾ ਕਰੂ ਤਾਂ ਅਸੀਂ ਹੁਣ ਆਪਾਂ ਜਾ ਕੇ ਫੜ ਲਈ ਉਹ ਆ ਗਿਆ ਉਹਦਾ ਘਰ। ਯਾਰ ਹੁਣ ਆਪਾਂ ਆਏ ਹਾਂ ਅੰਬਰ ਦੇ ਘਰ, ਅੰਬਰ ਦੇ ਮਾਮੂ ਕੋ ਆਇਆ ਹੋਇਆ ਸੀ ਸ਼ਹਿਰ। ਜਨਾਬ ਜਨਾਬ ਦੁਕਾਨ ਚ ਇੰਨੇ ਆ ਨਾ ਉਹ ਤਾਂ ਭਾਈ ਵੀ ਹੈਗਾ ਵਾ, ਇਹ ਭਾਈ ਲੈ ਕੇ ਜਾਣਾ। ਕੁਛ ਖਾਣ ਪੀਣ ਬੰਗਲੇ ਚੱਲਦੇ ਆ, ਕਿਉਂਕਿ ਠੰਡ ਬਹੁਤ ਆ ਤੇ ਹਨੇਰਾ ਵੀ ਹੋ ਗਿਆ, ਤੇ ਇਸ ਲਈ ਜ਼ਿਆਦਾ ਦੂਰ ਨਹੀਂ ਜਾਵਾਂਗੇ। ਕੋਈ ਡਿੱਗਾ ਤੇ ਨਹੀਂ? ਯਾਰ ਆ ਵੇਖੋ ਬੰਦਾ ਆਇਆ ਕਹਿੰਦਾ ਖਾਣਾ ਯਾਰ, ਹੁਣ ਆਪਾਂ ਆਏ ਆ ਕੁਛ ਖਾਣ ਪੀਣ। ਹੱਸਦਾ ਮੁੰਡਾ ਕਹਿੰਦਾ ਨਵਾਂ ਵਲੋਗਰ ਉੱਠਿਆ, ਇਹਨੂੰ ਸਬਸਕ੍ਰਾਈਬ ਕਰਕੇ ਜਰਾ ਦੱਸੋ ਵੀ ਤੁਹਾਡਾ ਭਰਾ ਫੇਮਸ ਆ, ਦੱਸੋ ਜਰਾ। ਹੱਸਦਾ ਸੀ ਯਾਰ।